ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕੋ ਸਿੱਖ ਟੀਮ ਸਿਵਲ ਹੋਸਪਿਟਲ ਕਪੂਰਥਲਾ ਵਿਖੇ ਰੁੱਖ ਲਗਾਉਣ ਲਈ ਪਹੁੰਚੀ ਹੈ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ 2019 ਵਿੱਚ ਆ ਰਿਹਾ ਹੈ, ਉਸ ਨੂੰ ਮੁੱਖ ਰੱਖਦਿਆਂ ਇੱਕੋ ਸਿੱਖ ਟੀਮ ਨੇ 2019 ਤੱਕ 1820 ਲੋਕੇਸ਼ਨ 'ਤੇ 550 ਰੁੱਖ ਲਗਾਉਣ ਦਾ ਟੀਚਾ ਮਿੱਥਿਆ ਹੈ। ਸੋ ਉਸ ਨੂੰ ਉਸ ਲਈ ਇੱਕ ਲਹਿਰ ਬਣਾਈ ਗਈ ਹੈ 550 ਰੁੱਖ ਗੁਰੂ ਦੇ ਨਾਮ। ਸੋ ਉਸ ਲਹਿਰ ਦੇ ਤਹਿਤ ਸਿਵਲ ਹੋਸਪਿਟਲ ਕਪੂਰਥਲਾ ਵਿਖੇ ਅੱਜ ਸੁਹੰਜਣਾ ਹੋਰ ਕਈ ਤਰ੍ਹਾਂ ਦੇ ਰੁੱਖ ਲਗਾਏ ਗਏ ਹਨ। ਅਸੀਂ ਅੱਜ ਸਾਰੇ ਇੱਕੋ ਸਿੱਖ ਦੀ ਟੀਮ ਸਿਵਲ ਹਸਪਤਾਲ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਅੱਜ ਇੱਥੇ ਰੁੱਖ ਲਗਾਏ ਨੇ, ਬੂਟੇ ਕਾਫੀ ਲਗਾਏ ਨੇ, ਜਿੱਦਾਂ ਸੁਹੰਜਣਾ ਦਾ ਬੂਟਾ ਲਾਇਆ, ਜਾਮਣ ਲਾਈ, ਨਿੰਮ ਲਾਈ, ਕਲੀਆਂ ਦੇ ਬੂਟੇ ਲਾਏ। ਅਸੀਂ ਸ਼ੁਰੂਆਤ ਕੀਤੀ ਅੱਜ। ਅਸੀਂ ਸਾਰੀ ਕਪੂਰਥਲੇ ਸ਼ਹਿਰ ਦੀ ਸੰਗਤ ਨੂੰ ਅਪੀਲ ਵੀ ਕਰਦੇ ਹਾਂ, ਹੋਰ ਵੀ ਜਥੇਬੰਦੀਆਂ NGO ਜਿਹੜੀਆਂ ਸਾਡੇ ਨਾਲ ਜੁਆਇਨ ਕਰਨ, ਅਤੇ ਅਸੀਂ 550 ਸਾਲਾਂ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਆ ਉਹਨੂੰ ਸਮਰਪਿਤ 550 ਸਾਲਾਂ ਬੂਟਾ ਅਸੀਂ ਲਾਉਣਾ ਸ਼ੁਰੂ ਕੀਤਾ, ਅਤੇ ਉਹ ਸਾਡਾ ਸਾਥ ਦੇਣ ਅਤੇ ਸਾਡੇ ਨਾਲ ਤੁਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।